ਮੈਨੂੰ ਸ਼ੁਰੂ ਸ਼ੁਰੂ ਪਹਿਲੀ ਇਲੈਕਸ਼ਨ ਥੋੜ੍ਹੀ ਲੱਗੀ ਕਿ ਇਲੈਕਸ਼ਨ ਕਿਆ ਚੀਜ਼ ਹੁੰਦੀ ਹੈਗੀ, ਪਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਸਾਰਾ ਜਿਹੜਾ ਸਾਡਾ ਏਰੀਆ ਨਾ ਇਹ ਪਰਿਵਾਰ ਹੈ। ਤੁਸੀਂ ਕੈਮਰੇ ਤੇ ਜ਼ਿਆਦਾ ਅੱਗੇ ਨਹੀਂ ਆਉਂਦੇ, ਤੁਸੀਂ ਕੈਮਰੇ ਤੋਂ ਪਿੱਛੇ ਜ਼ਿਆਦਾ ਕੰਮ ਕਰਦੇ ਹੋ ਜਾਂ ਘਰ ਦਾ ਕੰਮ ਜ਼ਿਆਦਾ ਦੇਖਦੇ? ਆਈ ਐਮ ਨੋਟ ਦ ਵਨ ਕਿ ਮੈਂ ਕਹਿੰਦੀ ਕਿ ਆਈ ਵਾਂਟ ਟੂ ਬੀ ਔਨ ਦ ਫਰੰਟ ਸਟੇਜ, ਬੈਕ ਸਟੇਜ ਤੇ ਵੀ ਕੋਈ ਕੰਮ ਕਰਨ ਵਾਲਾ ਚਾਹੀਦਾ। ਉਹਨਾਂ ਦਾ ਪਲੱਸ ਪੁਆਇੰਟ ਤੁਹਾਨੂੰ ਕੀ ਲੱਗਦਾ ਔਰ ਵੀਕਨੈਸ ਤੁਹਾਨੂੰ ਕੀ ਨਜ਼ਰ ਆਉਂਦੀ? ਪਲੱਸ ਪੁਆਇੰਟ ਤਾਂ ਇਹ ਹੈ ਜੀ, ਉਹਨਾਂ 'ਚ ਇੰਨੀ ਜ਼ਿਆਦਾ ਪੇਸ਼ੈਂਸ ਹੈਗੀ, ਇੰਨੀ ਜ਼ਿਆਦਾ ਸਬਰ ਔਰ ਪੇਸ਼ੈਂਸ ਹੈ। ਕੈਂਡੀਡੇਟ ਦੇ ਨਾਲ ਨਾਲ ਪੂਰਾ ਪਰਿਵਾਰ ਜਿਹੜਾ ਵੈ ਇਸ ਵੇਲੇ ਪ੍ਰਚਾਰ ਕਰਦਾ ਹੋਇਆ ਨਜ਼ਰ ਆਉਂਦਾ ਵੈ, ਤਾਂ ਰਾਣਾ ਸੋਢੀ ਹੋਰੀ ਜਿੱਥੇ ਆਪਣੀ ਕੈਂਪੇਨਿੰਗ ਕਰ ਰਹੇ, ਪਰਿਵਾਰ ਦੂਜੇ ਪਾਸੇ ਲੋਕਾਂ ਨਾਲ ਵਿਚਰ, ਕਿੱਡਾ ਵੱਡਾ ਪਰਿਵਾਰ ਦਾ ਰੋਲ ਰਹਿੰਦਾ? ਔਰ ਇਹਨੂੰ ਟੈਨਸ਼ਨ ਦੀ ਤਰ੍ਹਾਂ ਦੇਖਦੇ ਹੋ ਜਾਂ ਫੈਸਟੀਵਲ ਦੀ ਤਰ੍ਹਾਂ ਦੇਖਦੇ ਹੋ, ਜਾਂ ਤੁਹਾਨੂੰ ਲੱਗਦਾ ਹੈ ਕਿ ਘਰੇ ਖਾਣੇ ਦਾ ਵੀ ਧਿਆਨ ਰੱਖਣਾ ਹੈ ਔਰ ਬਾਹਰ ਲੋਕਾਂ ਦਾ ਵੀ ਧਿਆਨ ਰੱਖਣਾ ਹੈ, ਕਿਵੇਂ ਕਨਵਿੰਸ ਜਿਹੜਾ ਕੀਤਾ ਜਾਵੇ? ਮੈਂ ਇਸ ਨੂੰ ਇੱਕ ਚੈਲੰਜ ਲੈ ਕੇ ਚੱਲਦੀ ਹੈਗੀ, ਨੋਟ ਐਜ਼ ਅ ਟੈਨਸ਼ਨ, ਕਿਉਂਕਿ ਰਾਣਾ ਜੀ ਨੂੰ ਪੋਲੀਟਿਕਸ 'ਚ ਆਏ ਹੋਏ 20 ਸਾਲ ਹੋ ਗਏ ਹੈਗੇ। ਹਾਂ, 20 ਸਾਲਾਂ 'ਚ ਉਹਨਾਂ ਨੇ 4 ਵਾਰ ਇਲੈਕਸ਼ਨ ਜਿੱਤੀ ਹੈਗੀ ਗੁਰੂਵਾਰ ਸਾਹਿਬ ਤੋਂ, ਠੀਕ ਹੈ, ਇੱਕ ਵਾਰ ਬੀ ਜੇ ਪੀ ਤੋਂ, 5th ਵਾਲੀ ਨਹੀਂ ਜਿੱਤ ਸਕੇ, 4 ਵਾਰ ਇਲੈਕਸ਼ਨ ਜਿੱਤੀ ਹੈਗੀ। ਤਾਂ ਜਿਹੜਾ ਇੱਕ ਫਸਟਲੀ ਤਾਂ ਜਿਹੜਾ ਇਹ ਹੈਗਾ, ਇਹ ਇੱਥੇ ਦੇ ਜੰਮੇ ਪਲੇ ਹੈਗੇ, ਇਹ ਇਹਨਾਂ ਦਾ ਹੋਮ ਟਾਊਨ ਹੈਗਾ, ਇੱਥੇ ਜੰਮੇ ਪਲੇ ਬੜੇ ਹੋਏ। ਤਾਂ ਜਦ ਪਹਿਲੀ ਇਲੈਕਸ਼ਨ ਵੀ ਲੜੀ, ਸਭ ਨੇ ਕਿਹਾ ਕਿ ਇਹ ਤਾਂ ਤੁਸੀਂ ਸਾਡੇ ਹੋ, ਸੋ ਦੇ ਉਹਨਾਂ ਨੇ ਸਾਨੂੰ ਇੱਕ ਪਰਿਵਾਰ ਦੀ ਤਰ੍ਹਾਂ ਐਕਸੈਪਟ ਕੀਤਾ। ਠੀਕ ਹੈ, ਮੈਨੂੰ ਸ਼ੁਰੂ ਸ਼ੁਰੂ ਪਹਿਲੀ ਇਲੈਕਸ਼ਨ ਥੋੜ੍ਹੀ ਲੱਗੀ ਕਿ ਇਲੈਕਸ਼ਨ ਕਿਆ ਚੀਜ਼ ਹੁੰਦੀ ਹੈਗੀ, ਪਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਸਾਰਾ ਜਿਹੜਾ ਸਾਡਾ ਏਰੀਆ ਨਾ ਇਹ ਪਰਿਵਾਰ ਹੈਗਾ। ਦੂਸਰੇ ਵੀ ਇਹ ਕਿ ਕਿਉਂਕਿ ਅਸੀਂ ਹਰਸਿਮਰਤ ਬਾਦਲ ਨੂੰ ਦੇਖਦੇ ਹਾਂ, ਕੈਮਰੇ ਤੇ ਕਾਫੀ ਅੱਗੇ ਆਉਂਦੇ ਨੇ, ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਕਾਫੀ ਅੱਗੇ ਆਉਂਦੇ ਨੇ, ਹੋਰ ਕਈ ਸਾਰੇ ਅਜਿਹੇ ਪਰਿਵਾਰ ਨੇ, ਪਰਨੀਤ ਕੌਰ ਹੋਰੀ। ਤੁਸੀਂ ਕੈਮਰੇ ਤੇ ਜ਼ਿਆਦਾ ਅੱਗੇ ਨਹੀਂ ਆਉਂਦੇ, ਤੁਸੀਂ ਕੈਮਰੇ ਤੋਂ ਪਿੱਛੇ ਜ਼ਿਆਦਾ ਕੰਮ ਕਰਦੇ ਹੋ ਜਾਂ ਘਰ ਦਾ ਕੰਮ ਜ਼ਿਆਦਾ ਦੇਖਦੇ ਹੋ ਜਾਂ ਲੋਕਲ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਗੁਰੂ ਹਰ ਸਾਹਿਬ ਤੁਸੀਂ ਦੇਖਣਾ? ਆਈ ਐਮ ਨੋਟ ਦ ਵਨ ਕਿ ਮੈਂ ਕਹਿੰਦੀ ਕਿ ਆਈ ਵਾਂਟ ਟੂ ਬੀ ਔਨ ਦ ਫਰੰਟ ਸਟੇਜ, ਬੈਕ ਸਟੇਜ ਤੇ ਵੀ ਕੋਈ ਕੰਮ ਕਰਨ ਵਾਲਾ ਚਾਹੀਦਾ ਹੈਗਾ। ਇਹ ਜ਼ਰੂਰੀ ਨਹੀਂ ਹੁੰਦਾ ਕਿ ਫਰੰਟ ਸਟੇਜ 'ਤੇ ਜਿਹੜਾ ਕੰਮ ਕਰਦਾ, ਜਿਸ ਤਰ੍ਹਾਂ ਮੂਵੀਜ਼ ਬਣਦੀਆਂ, ਜਦ ਇੱਕ ਐਕਟਰ ਐਕਟਰੈਸ ਸਟੇਜ 'ਤੇ ਹੁੰਦੇ ਆ, ਬੈਕ ਸਟੇਜ 'ਤੇ ਵੀ ਬੜਾ ਕੰਮ ਹੁੰਦਾ ਹੈਗਾ। ਨਹੀਂ, ਮੈਂ ਸਟੇਜਸ 'ਤੇ ਵੀ ਜਾਂਦੀ ਹਾਂ ਕਿ ਮੈਂ ਸਪੀਚਸ ਵੀ ਦਿੰਦੀ ਹੈ, ਲੋਕਾਂ ਨਾਲ ਵਿਸਰੀਤਾ ਵੀ ਹੈਗਾ, ਬਟ ਹੋ ਸਕਦਾ ਕਿ ਤੁਸੀਂ ਮੈਨੂੰ ਨਾ ਘੱਟ ਦੇਖਿਆ ਹੋਇਆ, ਕਿਉਂਕਿ ਹੁਣੀ ਕੈਂਪੇਨ ਸ਼ੁਰੂ ਹੋਈਗੀ, ਸੋ ਵਾਂਸ ਦਾ ਕੈਂਪੇਨ ਇੱਕ ਵਾਰ ਟੇਕ ਆਫ ਹੋਏਗੀ, ਜਿਸ ਤਰ੍ਹਾਂ ਹੁਣ ਮੈਂ ਅਬੋਹਰ ਜਾ ਰਹੀ ਹਾਂ, ਤਾਂ ਅਬੋਹਰ ਦਾ ਇਲਾਕਾ ਸਾਰਾ ਮੈਂ ਵੇਖਾਂਗੀ, ਸੋ ਉੱਥੇ ਲੋਕਾਂ ਨਾਲ ਵਿਸਰਾਂਗੀ ਵੀ। ਉਹ ਹਾਲਾਂਕਿ ਏਰੀਆ ਮੇਰੇ ਵਾਸਤੇ ਨਵਾਂ ਹੈਗਾ, ਪਰ ਕੋਈ ਚੀਜ਼ ਨਵੀਂ ਨਹੀਂ ਹੁੰਦੀ। ਦੂਸਰੇ ਵੀ ਕਿਉਂਕਿ ਮੈਂ ਗੱਲ ਕਰ ਰਿਹਾ ਸੀ ਕਿ ਘਰੇ ਖਾਣਾ ਤੁਸੀਂ ਉਹਨਾਂ ਦਾ ਪੈਕ, ਟਿਫਨ ਪੈਕ ਕਰ ਦਿੰਦੇ ਹੋ, ਸਵੇਰੇ ਨਾਸ਼ਤਾ ਤੁਹਾਡੇ ਨਾਲ ਬੈਠ ਕੇ ਕਰਦੇ ਆ, ਸਮਾਂ ਹੁੰਦਾ ਆਪਸ ਜਾਂ ਕੋਈ ਹੋਰ ਦੇਖਦਾ, ਕਿਵੇਂ ਕਿਵੇਂ ਹੁੰਦੀ ਹੋ? ਨਹੀਂ, ਸਾਡਾ ਦਿਨ ਸ਼ੁਰੂ ਹੁੰਦਾ ਇਕੱਠੇ, ਅਸੀਂ ਦੋਨੋਂ ਇਕੱਠੇ ਨਾਸ਼ਤਾ ਕਰਦੇ ਹੈਗੇ ਐਂਡ ਅਸੀਂ ਵਿਊਜ਼ ਐਕਸਚੇਂਜ ਕਰਦੇ ਹਾਂ, ਦਿਨ ਦਾ ਪ੍ਰੋਗਰਾਮ ਬਣਾਉਂਦੇ ਹੈਗੇ ਕਿ ਇਹ ਤੁਹਾਡੀ ਰਿਸਪੋਂਸੀਬਿਲਟੀ ਹੈ, ਉਹ ਮੈਨੂੰ ਦੱਸ ਦਿੰਦੇ ਕਿ ਤੇਰੀ ਰਿਸਪੋਂਸੀਬਿਲਟੀ ਹੈਗੀ। ਜਿਸ ਤਰ੍ਹਾਂ ਹੁਣ ਮੈਂ ਉਹਨਾਂ ਨੂੰ 2 ਦਿਨ ਬਾਅਦ ਮਿਲਾਂਗੀ, ਕਿਉਂਕਿ ਮੈਂ ਅਬੋਹਰ ਚਲੇ ਜਾਣਾ ਹੈਗਾ, ਐਂਡ ਅਸੀਂ ਦਿਨ ਇਕੱਠੇ ਸ਼ੁਰੂ ਕਰ ਦੇਂਗੇ, ਸਾਰਾ ਦਿਨ ਅਸੀਂ ਆਪਣੇ ਆਪਣੇ ਕੰਮ ਕਰ ਦੇਂਗੇ, ਸ਼ਾਮ ਨੂੰ ਫਿਰ ਤੋਂ ਇਕੱਠੇ ਹੋ ਜਾਂਦੇ ਹਾਂ ਟੂ ਕੰਪੇਅਰ ਨੋਟਸ। ਅਮੂਮਨ ਇਲੈਕਸ਼ਨ ਤੋਂ ਇਲਾਵਾ ਤੁਹਾਡਾ ਕੀ ਸ਼ਡਿਊਲ ਰਹਿੰਦਾ? ਤੁਸੀਂ ਇੱਕ ਹਾਊਸ ਵਾਈਫ ਦੀ ਤਰ੍ਹਾਂ ਰਹਿੰਦੇ ਹੋ ਜਾਂ ਤੁਸੀਂ ਪਿੱਛੋਂ ਮੈਨੇਜਰ ਦੀ ਤਰ੍ਹਾਂ ਕੰਮ ਸੰਭਾਲਦੇ ਹੋ ਜਾਂ ਕਿਵੇਂ ਤੁਹਾਡਾ, ਜਾਂ ਬੇਟੇ ਨੂੰ ਕਮਾਂਡ ਕਰਨੀ ਕਿਵੇਂ ਤੁਹਾਡਾ ਰਹਿੰਦਾ? ਨਹੀਂ ਜੀ, ਮੇਰਾ ਕੋਈ ਇੰਨਾ ਇਹ ਨਹੀਂ ਹੈਗਾ ਕਿ ਕੋਈ ਕਿਚਨ ਵਗੈਰਾ ਕੰਮ ਦੇਖਣਾ, ਇਹ ਬੜਾ ਵੈਲ ਆਰਗਨਾਈਜ਼ਡ ਹੈਗਾ ਸਾਡੇ ਘਰ 'ਚ। ਮੈਂ ਇੱਕ ਸਾਡਾ ਇੱਕ ਐਨ ਜੀ ਓ ਵੀ ਹੈਗਾ ਸਵੇਰਾ, ਉਸਨੂੰ ਵੀ ਮੈਂ ਦੇਖਦੀ ਹੈਗੀ, ਐਂਡ ਬਾਕੀ ਕਿਉਂਕਿ ਰਾਣਾ ਜੀ ਬਾਹਰ ਹੁੰਦੇ ਕਿ ਕੋਈ ਆਫਿਸਿਸ ਦੇ ਕੰਮ ਦੇਖਣੇ, ਕੋਈ ਬੈਂਕਸ ਦੇ ਕੰਮ ਦੇਖਣੇ, ਕੋਈ ਇਹ ਚੀਜ਼ਾਂ ਵੀ ਮੈਂ ਮੈਨੇਜ ਕਰਦੀ ਹੈਗੀ। ਸੋ ਇਟਸ ਜਸਟ ਨੋਟ ਕਿ ਕਿਚਨ ਮੈਨੇਜ ਕਰਨਾ ਜਾਂ ਘਰ, ਇਹ ਤਾਂ ਟਾਈਮ ਵੇਸਟ ਕਰਨ ਵਾਲੀ ਗੱਲ ਹੁੰਦੀ ਹੈ। ਪਲੱਸ ਪੁਆਇੰਟ ਤੁਹਾਨੂੰ ਕੀ ਲੱਗਦਾ ਔਰ ਵੀਕਨੈਸ ਤੁਹਾਨੂੰ ਕੀ ਨਜ਼ਰ ਆਉਂਦੀ ਹੈ?
ਪਲੱਸ ਪੁਆਇੰਟ ਤਾਂ ਇਹ ਹੈ ਜੀ, ਉਹਨਾਂ 'ਚ ਇੰਨੀ ਜ਼ਿਆਦਾ ਪੇਸ਼ੈਂਸ ਹੈਗੀ, ਇੰਨੀ ਜ਼ਿਆਦਾ ਸਬਰ ਔਰ ਪੇਸ਼ੈਂਸ ਹੈ। ਜਿੱਥੇ ਕਿਸੇ ਇਨਸਾਨ ਦਾ ਕਹਿੰਦੇ ਨਾ ਸਿਰੋਂ ਸਿਰ ਦੇ ਉੱਤੋਂ ਪਾਣੀ ਟੱਪ ਗਿਆ, ਉਹ ਸਿਰ ਦੇ ਉੱਪਰੋਂ ਪਾਣੀ ਵੀ ਟੱਪ ਜਾਂਦਾ ਨਾ, ਫਿਰ ਵੀ ਪੇਸ਼ੈਂਟ ਹੈ। ਈਵਨ ਐਜ਼ ਅ ਹਸਬੈਂਡ, ਐਜ਼ ਅ ਸਨ ਵਿਦ ਹਿਸ ਮਦਰ, ਬੜੇ ਮਤਲਬ ਉਹਨਾਂ ਨੇ ਐਜ਼ ਅ ਮਦਰ ਮਤਲਬ ਉਹਨਾਂ ਨੇ ਆਪਣੀ ਮਾਂ ਦੀ ਬੜੀ ਵੀਕਨੈਸ। ਤੁਹਾਨੂੰ ਕੀ ਨਜ਼ਰ ਆਉਂਦੀ ਹੈ ਉਹਨਾਂ ਦੀ ਕਮਜ਼ੋਰੀ? ਕਿ ਹਰ ਕਿਸੇ ਦੀ, ਚਾਹੇ ਕੋਈ ਦੁਸ਼ਮਣ ਵੀ ਆ ਜਾਏ ਨਾ, ਕਹਿੰਗੇ ਕੋਈ ਨਹੀਂ ਦੁਸ਼ਮਣ ਆ ਗਿਆ ਹੈਗਾ ਨਾ, ਮੇਰੇ ਕੋਲ ਆ ਗਿਆ, ਇਹਦਾ ਕੰਮ ਕਰ ਦੇਣਾ ਆਪਾਂ ਨੇ। ਸਮਟਾਈਮਸ ਇਲਾਕੇ ਵਾਲੇ ਨਾਰਾਜ਼ ਹੋ ਜਾਂਦੇ ਕਿ ਇਹ ਤਾਂ ਜੀ ਸਾਡੇ ਨਾਲ ਤੁਰਿਆ ਨਹੀਂ, ਕਹਿੰਦੇ ਕੋਈ ਨਹੀਂ ਮਜਬੂਰ ਸੀਗਾ ਨਹੀਂ ਤੁਰਿਆ, ਅੱਜ ਆ ਗਿਆ ਹੈਗਾ, ਸੋ ਆਪਾਂ ਹੈਲਪ ਕਰਨੀ, ਦਰਿਆ ਦੇ ਲੈਂਗੇ। ਸੋ ਉਹ ਜੇ ਆਪਾਂ ਉਸ ਚੀਜ਼ ਨੂੰ ਦੋ ਤਰੀਕੇ ਤੇ ਦੇਖ ਸਕਦੇ ਹੈਗੇ, ਉਹਨਾਂ ਦੀ ਕਮਜ਼ੋਰੀ ਵੀ ਦੇ ਸਕਦੇ ਹੈ, ਇਹ ਕਹਿ ਸਕਦੇ ਦਰਿਆ ਦੇ ਲੈਂਗੇ। ਸਮਾਂ ਦਿੰਦੇ ਤੁਹਾਨੂੰ, ਤੁਹਾਡੀ ਨਾਰਾਜ਼ਗੀ ਤਾਂ ਨਹੀਂ ਰਹਿੰਦੀ? ਨੋਟ ਐਟ ਆਲ ਜੀ, ਆਈ ਐਮ ਪ੍ਰਾਊਡ ਆਫ ਹਿਮ। ਹੁੰਦੇ ਕਦੀ ਚੰਡੀਗੜ੍ਹ ਹੁੰਦੇ ਸਮਾਂ ਦਿੰਦੇ? ਤਦ ਕੀ ਹੋ ਗਿਆ ਜੀ, ਕੰਮ ਕਰ ਰਹੇ ਹਾਂ, ਆਈ ਐਮ ਵੈਰੀ ਪ੍ਰਾਊਡ ਆਫ ਹਿਮ। ਮੈਂ ਤਾਂ ਜਿਸ ਦਿਨ ਤੋਂ ਵਿਆਹੀ ਗਈ ਗਈ ਉਹਨਾਂ ਨਾਲ ਇੰਨੇ ਸਾਲ ਹੋ ਗਏ। ਇਕੱਠੇ ਟਾਈਮ ਸਪੈਂਡ ਕਿਵੇਂ ਤੁਸੀਂ ਕਰਦੇ ਹੋ? ਮੂਵੀ ਦੇਖ ਕੇ ਕਰਦੇ ਹੋ ਜਾਂ ਕਿਤੇ ਘੁੰਮਣ ਫਿਰਨ ਚਲੇ ਜਾਂਦੇ? ਅਸੀਂ ਹਾਲੀਡੇਜ਼ ਵਾਸਤੇ ਜਾਂਦੇ, ਇੱਕ ਦੋ ਹਾਲੀਡੇਜ਼ ਸਾਲ ਵਿੱਚ ਇਕੱਠੇ ਕਰਦੇ ਹਾਂ, ਮੂਵੀਜ਼ ਵੀ ਦੇਖ ਲੈਂਦੇ ਕਦੀ ਕਦੀ, ਐਂਡ ਕਦੀ ਕਦੀ ਫਿਰ ਮੈਂ ਉਹਨਾਂ ਨੂੰ ਕਹਿੰਦੀ ਕਿ ਅੱਜ ਡਿਨਰ ਕਰਾਂਗੇ ਤੇ ਅੱਜ ਕੋਈ ਆਪਣੇ ਨਾਲ ਨਹੀਂ ਚੱਲੇਗਾ, ਸੋ ਆਈ ਟੇਕ ਹਿਮ ਆਊਟ ਫਾਰ ਅ ਡਿਨਰ। ਰਾਣਾ ਸੋਢੀ ਹੋਰਾਂ ਦੀ ਫਿਟਨੈਸ ਦਾ ਕੀ ਰਾਜ ਹੈ? ਕਾਫੀ ਮੇਨਟੇਨ ਉਹਨਾਂ ਨੇ ਕੀਤਾ ਹੋਇਆ ਉਮਰ ਦੇ ਹਿਸਾਬ ਨਾਲ? ਇੱਕ ਤਾਂ ਜੀ ਜਾਂ ਐਕਸਰਸਾਈਜ਼ ਜਾਂ ਕਿਵੇਂ? ਯੂ ਨੋ ਇਸ ਚੀਜ਼ 'ਚ ਦੋ ਚੀਜ਼ਾਂ ਨਹੀਂ ਹੈਗੇ, ਇੱਕ ਤਾਂ ਉਹ ਸਪੋਰਟਸਮੈਨ ਹੈਗੇ, ਬਿਫੋਰ ਪੋਲੀਟਿਕਸ ਆਉਣ ਤੋਂ ਪਹਿਲਾਂ ਵੀ ਹੀ ਵਾਜ਼ ਅ ਸ਼ੂਟਰ, ਸ਼ੂਟਰ ਮੀਨਸ ਇਹ ਟ੍ਰੈਪ ਸ਼ੂਟਿੰਗ ਕਰਦੇ ਸੀਗੇ, ਟ੍ਰੈਪ ਸ਼ੂਟਿੰਗ ਕੀਤੀ ਇਹਨਾਂ ਨੇ, ਇੰਡੀਆ ਨੂੰ ਰੈਪ੍ਰਜੈਂਟ ਕੀਤਾ, ਮੈਡਲ ਜਿੱਤੇ, ਸਮਹਾਓ ਦੋ ਮੈਡਲਸ ਮੈਂ ਵੀ ਜਿੱਤੇ ਹੈਗੇ ਇਨ ਟ੍ਰੈਪ ਸ਼ੂਟਿੰਗ। ਤਾਂ ਇਹਨਾਂ ਨਾਲ ਜਦ ਮੇਰਾ ਮਤਲਬ ਜਦ ਮੈਂ ਇਹਨਾਂ ਦੀ ਲਾਈਫ 'ਚ ਆਈ ਤਾਂ ਕਹਿੰਦੇ ਲਵ ਮੈਰਿਜ, ਲਵ ਮੈਰਿਜ ਸ਼ੂਟਿੰਗ ਤੇ ਉਹਨਾਂ ਨੇ ਸ਼ਿਕਾਰ ਕਰ ਲਿਆ ਜਾਂ ਸ਼ੂਟਿੰਗ ਕਰ ਲਈ? ਤੁਹਾਡੇ ਵੱਲੋਂ ਪ੍ਰਪੋਜ਼ ਸੀਗਾ ਉਹਨਾਂ ਵੱਲੋਂ ਪ੍ਰਪੋਜ਼ ਸੀਗਾ? ਫਰਮ ਹਿਮ। ਤੁਸੀਂ ਓਕੇ ਕਰਤਾ ਜਾਂ ਤੁਸੀਂ ਸਮਾਂ ਲਿਆ? ਥੋੜਾ ਸਮਾਂ ਲਿਆ, ਥੋੜਾ ਸਮਾਂ ਲਿਆ ਥੋੜਾ। ਸੋ ਇਸ ਤਰ੍ਹਾਂ ਜੀ ਕਿ ਇੱਕ ਤਾਂ ਬਿਕੋਜ਼ ਸਪੋਰਟਸਮੈਨ ਹੋਣ ਕਰਕੇ ਤੁਹਾਡੀ ਬੜੀ, ਐਜ਼ ਅ ਸਪੋਰਟਸਮੈਨ ਤੁਸੀਂ ਕੋਈ ਸਪੋਰਟ ਖੇਲੋ, ਸ਼ੂਟਿੰਗ ਕਰੋ, ਕ੍ਰਿਕਟ ਖੇਲੋ, ਤੁਹਾਡਾ ਫੋਕਸ ਹੋਣਾ ਚਾਹੀਦਾ, ਐਂਡ ਫੋਕਸ ਤਦੀ ਹੁੰਦਾ ਜੇ ਤੁਹਾਡੀ ਫਿਟਨੈਸ ਹੋਏ। ਕਿੰਨਾ ਸਮਾਂ ਤੁਸੀਂ ਲਿਆ ਸੀ? 6 ਮਹੀਨੇ, 3 ਮਹੀਨੇ? ਉਹ ਘਰ ਦੇ ਰਾਜ਼ੀ ਹੋ ਗਏ ਸੀ ਉਸ ਵੇਲੇ? ਬਿਲਕੁਲ ਹੋ ਗਏ ਸੀਗੇ। ਕਿੰਨਾ ਸਮਾਂ ਲਿਆ ਸੀ? ਨਖਰੇ ਉਸ ਵੇਲੇ ਹੋਣੇ ਆ ਕੈਲਕੂਲੇਸ਼ਨ ਹੀ ਹੁੰਦੀ ਸੀਗੀ ਉਸ ਵਕਤ। ਤੁਹਾਨੂੰ ਕੋਈ ਇਨਸਾਨ ਅੱਛਾ ਲੱਗਿਆ ਤਾਂ ਠੀਕ ਹੈਗਾ। ਸਹੀ ਫੈਸਲਾ ਸੀ? ਕਿਹੜੀ ਖੂਬੀ? ਸ਼ੂਟਿੰਗ ਤੋਂ ਇਲਾਵਾ? ਸ਼ੂਟਿੰਗ ਤੋਂ ਇਲਾਵਾ ਬੜਾ ਪੇਸ਼ੈਂਸ ਸੀਗਾ ਇਹਨਾਂ ਚ, ਵੈਰੀ ਲੋਟਸ ਆਫ ਪੇਸ਼ੈਂਸ। ਇੰਤਜ਼ਾਰ ਕੀਤਾ ਤੁਹਾਡੀ ਹਾਂ ਦਾ? ਨਹੀਂ, ਬਹੁਤ ਹੀ ਅੱਛੇ ਇਨਸਾਨ ਹੈਗੇ। ਕਿੰਨੇ ਸਾਲ ਹੋ ਗਏ ਵਿਆਹ ਨੂੰ? ਬਹੁਤ ਸਾਲ ਹੋ ਗਏ, ਹੁਣ ਤਾਂ ਸਾਡੇ ਬੱਚੇ ਵੀ ਬੜੇ ਬੜੇ ਹੋ ਗਏ। ਕੋਈ ਲੰਬਾ, ਕੋਈ ਰਾਸ, ਕੋਈ ਰੱਬ ਦੀ ਮਿਹਰ ਹੈ, ਲੱਖ ਲੱਖ ਸ਼ੁਕਰ ਹੈ। ਚਲੋ, ਹੀ ਇਜ਼ ਅ ਵੰਡਰਫੁਲ ਪਰਸਨ, ਬਹੁਤ ਅੱਛੇ ਹਸਬੈਂਡ ਹੈ, ਬਹੁਤ ਅੱਛੇ ਫਾਦਰ ਹੈ, ਬਹੁਤ ਅੱਛੇ ਹਸਬੈਂਡ ਹੈ, ਬਹੁਤ ਹੀ ਅੱਛੇ ਬੇਟੇ ਸੀਗੇ। ਉਹਨਾਂ ਦੀ ਮਦਰ ਹੁਣ ਹੈ ਨਹੀਂ, ਮੈਂ ਮਦਰ ਇਨ ਲਾਅ ਇਜ਼ ਨੋ ਮੋਰ, ਉਹਨਾਂ ਦੀ ਡੈਥ ਹੋਈ ਨੂੰ ਬਹੁਤ ਸਾਲ ਹੋ ਗਏ ਗੇ, ਪਰ ਉਹਨਾਂ ਨੇ ਆਪਣੀ ਮਾਂ ਦੀ ਬਹੁਤ ਸੇਵਾ ਕੀਤੀ, ਉਹਨਾਂ ਦੀ ਦੁਆਵਾਂ ਸੀਗੀਆਂ। ਅੱਜ ਕੱਲ੍ਹ ਲੋਕ ਬੱਚੇ ਨਹੀਂ ਸੇਵਾ ਕਰਦੇ, ਬੜੇ ਕੈਲਕੂਲੇਟਿਵ ਹੁੰਦੇ, ਮਾਂ ਬਾਪ ਤੋਂ ਕਿਆ ਮਿਲਣਾ, ਉਹਨਾਂ ਦੀ ਕੋਈ ਕੈਲਕੂਲੇਸ਼ਨ ਨਹੀਂ ਸੀਗੀ, ਮਾਂ ਦੀ ਸੇਵਾ ਕੀਤੀ, ਮਾਂ ਦੀ ਦੁਆਵਾਂ ਸੀਗੀਆਂ। ਕਦੀ ਉਹਨਾਂ ਨੇ ਕੁਝ ਬਣਾ ਕੇ ਖਵਾਇਆ? ਕਿਉਂਕਿ ਪਤਾ ਚੱਲਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਕੁਕਿੰਗ ਦੇ ਸ਼ੌਕੀਨ ਨੇ ਤੇ ਇਹ ਵੀ ਥੋੜਾ ਬਹੁਤ ਕੁਕਿੰਗ ਕਰ ਲੈਂਦੇ? ਨਹੀਂ ਜੀ, ਐਕਚੁਅਲੀ ਅਸਲੀਅਤ ਇਹ ਹੈ ਕਿ ਕੁਕਿੰਗ ਮੈਂ ਇਹਨਾਂ ਤੋਂ ਸਿੱਖੀ ਹੈ। ਮੈਂ ਨੋਰਮਲ ਕੁਕਿੰਗ ਕਰ ਲੈਂਦੀ ਸੀ ਜੀ, ਕਿ ਆਮ ਲੜਕੀਆਂ ਕਰਦੀਆਂ ਕਾਲਜ ਚੋਂ ਨਿਕਲ ਕੇ, ਪਰ ਇਹਨਾਂ ਨੂੰ ਬੜਾ ਸ਼ੌਕ ਸੀਗਾ ਕਿਉਂਕਿ ਸ਼ਿਕਾਰੀ ਸੀਗੇ। ਸ਼ੂਟਿੰਗ ਤੋਂ ਪਹਿਲਾਂ, ਟ੍ਰੈਪ ਸ਼ੂਟਿੰਗ ਤੋਂ ਪਹਿਲਾਂ, ਜਿਸ ਤਰ੍ਹਾਂ ਪਿੰਡਾਂ 'ਚ ਲੋਕ ਸ਼ਿਕਾਰ ਵਾਸਤੇ ਚਲੇ ਜਾਂਦੇ ਹੈਗੇ, ਤਦ ਅਲਾਊਡ ਵੀ ਸੀਗੀ ਸ਼ੂਟਿੰਗ, ਅਤੇ ਸ਼ਿਕਾਰ ਵਗੈਰਾ ਵਾਸਤੇ ਕਾਫੀ ਜਾਂਦੇ ਸੀਗੇ।
ਤਾਂ ਜਿਹੜਾ ਇਨਸਾਨ ਵੀ ਸ਼ਿਕਾਰ ਖੇਲੇਗਾ ਉਹਨਾਂ ਉਹ ਅਕਸਰ ਅੱਛਾ ਕੁੱਕ ਹੋਏਗਾ। ਸੀ ਇਜ਼ ਅ ਫੈਂਟੈਸਟਿਕ। ਕਿਹੜੀ ਚੀਜ਼ ਤੁਹਾਨੂੰ ਪਸੰਦ ਆਈ ਜਿਹੜੀ ਤੁਹਾਨੂੰ ਅਕਸਰ ਖਵਾਉਂਦੇ ਨੇ ਜਦੋਂ ਤੁਸੀਂ ਨਾਰਾਜ਼ ਹੋ ਜਾਂਦੇ ਹੋ ਜਾਂ ਜਦੋਂ ਤੁਹਾਡਾ ਜੀ ਕਰਦਾ ਹੈ ਕਿ ਇਹ ਚੀਜ਼ ਸਭ ਤੋਂ ਵਧੀਆ ਬਣਾ ਕੇ ਖਵਾਉਂਦੇ? ਬਹੁਤ ਚੀਜ਼ਾਂ ਵਧੀਆ ਬਣਾਉਂਦੇ, ਤੁਸੀਂ ਕਿਸੇ ਦਿਨ ਆਓ ਤੁਹਾਨੂੰ ਖਵਾਏਗੇ। ਨਹੀਂ ਕਿਹੜੀ ਚੀਜ਼ ਤੁਹਾਨੂੰ ਪਸੰਦ ਹੈ ਕਿ ਤੁਹਾਡਾ ਦਿਲ ਕਰਦਾ ਕਿ ਅੱਜ ਰਾਣਾ ਜੀ ਮੇਕਸ ਇੱਕ ਬੜਾ ਅੱਛਾ ਨੌਰੰਗੀ ਪਲਾਅ ਬਣਾਉਂਦੇ ਹੈਗੇ। ਨੌਰੰਗੀ ਪਲਾਅ, ਕਿਉਂਕਿ ਮੈਂ ਮੋਰ ਔਰ ਲੈਸ ਮੈਂ ਵੈਜੀਟੇਰੀਅਨ ਹੈਗੀ ਤਾਂ ਇਹ ਜ਼ਿਆਦਾ ਨੌਨ ਵੈਜ ਕੁੱਕ ਕਰਦੇ ਹੈਗੇ।